ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟ ਲਿਆ ਉਹਨਾਂ ਦਾ ਨਾਮ ਦੇ ਨਾਲ ਤਰਨਾ ਹੋ ਗਿਆ ਇਸ ਸੰਸਾਰ ਤੋਂ, ਕਿਉਂਕਿ ਸਤਿਗੁਰੂ ਨੂੰ ਭੇਟਣ ਦੇ ਨਾਲ ਕੇਵਲ ਤਾਂ ਕੇਵਲ ਉੱਥੋਂ ਨਾਮ ਹੀ ਪ੍ਰਾਪਤ ਹੋਵੇਗਾ। ਇਹ ਮੇਰੇ ਦੀਨ ਦਿਆਲ, ਤੂੰ ਕਰਤਾ ਕਰਨਾਮੇ ਨਾ ਹੀ, ਜਾਂ ਹਾਓ ਕਰੀ ਨਾ ਹੋਈ, ਜੇ ਮੈਂ ਕਰਦਾ ਤਾਂ ਫਿਰ ਕੁਝ ਵੀ ਨਹੀਂ ਹੁੰਦਾ, ਜੋ ਮਰਜ਼ੀ ਮੈਂ ਕਰਕੇ ਵੇਖ ਲਵਾਂ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਸਾਹਿਬ ਕਹਿੰਦੇ ਸੱਚ ਇਹ ਹੈ ਕਿ ਭਲਿਆ ਤੂੰ ਆਪਣੇ ਮਨ ਦੀ ਸੋਚ ਨੂੰ ਤਿਆਗ ਦੇ ਅਤੇ ਕੇਵਲ ਇੱਕ ਅਕਾਲ ਦੇ ਨਾਲ ਜੁੜਨਾ ਕਰ। ਪਰ ਇਹ ਗੱਲ ਯਾਦ ਰੱਖੀ, ਇਹ ਕੰਮ ਬੜਾ ਔਖਾ ਹੀ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਣੀ। ਬੜੀ ਔਖੀ ਗੱਲ ਹੈ, ਮਨ ਦੀ ਮਤ ਨਹੀਂ ਤਿਆਗੀ ਜਾਂਦੀ। ਰੱਬ ਦੇ ਪਿਆਰ ਵਾਲਿਆਂ ਨੇ ਮਨ ਦੀ ਮਤ ਤਿਆਗੀ ਅਤੇ ਜਿਹਨਾਂ ਮਨ ਦੀ ਮਤ ਤਿਆਗੀ ਉਹ ਸੁਖੀ ਹੋ ਗਏ, ਕਿਉਂਕਿ ਉਹਨਾਂ ਨੇ ਆਪਣੀ ਮਤ ਨੂੰ ਗੁਰੂ ਦੇ ਚਰਨਾਂ ਉੱਤੇ ਸਮਰਪਿਤ ਕਰ ਦਿੱਤਾ। ਤਾਂ ਤਾਂ ਪਰਮਾਤਮਾ ਦੇ ਪਿਆਰ ਵਾਲੇ ਕਹਿਣਗੇ, ਗੁਰਮੁਖੋ ਜਦੋਂ ਗੁਰੂ ਦੇ ਦਰ ਉੱਤੇ ਜਾਓ ਤਾਂ ਗੁਰੂ ਦੇ ਚਰਨਾਂ ਉੱਤੇ ਆਪਣਾ ਮੱਥਾ ਹੀ ਨਾ ਰੱਖੋ, ਬਲਕਿ ਮੱਥੇ ਦੇ ਨਾਲ ਆਪਣੀ ਮਤ ਵੀ ਰੱਖ ਦਿਓ। ਮੱਥਾ ਨਹੀਂ ਰੱਖਣਾ, ਅਸੀਂ ਮੱਥਾ ਰੱਖਣੇ ਹਾਂ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਿੱਖਾ ਕੇਵਲ ਮੱਥਾ ਨਾ ਰੱਖ, ਕੇਵਲ ਇਹੋ ਜਿਹਾ ਝੁਕਣਾ ਨਾ ਝੁੱਕ, ਇਹੋ ਜਿਹਾ ਝੁਕਣਾ। ਅਤੇ ਸੰਸਾਰ ਉੱਤੇ ਬੜੇ ਲੋਕ ਝੁਕਦੇ ਹਨ, ਬਹੁਤ ਲੋਕ ਝੁਕਦੇ ਨੇ, ਅਪਰਾਧੀ ਬੰਦਾ ਬਲਕਿ ਜ਼ਿਆਦਾ ਝੁਕਦਾ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਅਪਰਾਧੀ ਦੁਣਾ ਨਿਵੈ ਜਿਉਂ ਹੰਤਾ ਮਿਰਗਾਹੇ, ਸੀਸ ਨਵਾਈਏ ਕਿਆ ਥੀਏ ਜਾਂ ਹਿਰਦਾ ਹੈ ਕਸੁੱਧੇ ਜਾਹੇ। ਤੇਰੇ ਸੀਸ ਨਵਾਉਣ ਦਾ ਕੀ ਫਾਇਦਾ ਜੇ ਤੇਰਾ ਹਿਰਦਾ ਹੀ ਅੰਦਰੋਂ ਕਸੁੱਧਾ ਉਲਟੇ ਰਾਹ ਦੇ ਉੱਤੇ ਚੱਲ ਰਿਹਾ। ਜੇ ਤੇਰਾ ਹਿਰਦਾ ਹੀ ਸਾਫ਼ ਨਹੀਂ ਤਾਂ ਫਿਰ ਤੇਰਾ ਸਿਰ ਝੁਕਾਉਣ ਦਾ ਫਾਇਦਾ ਕੀ ਹੋਇਆ? ਕਿਉਂਕਿ ਸਿਰ ਝੁਕਾਉਣਾ ਹੈ। ਅਪਰਾਧੀ ਬੰਦਾ ਹਮੇਸ਼ਾ ਦੂਣਾ ਝੁਕਦਾ, ਮਿਰਗ ਦਾ ਸ਼ਿਕਾਰ ਕਰਨ ਵਾਲਾ ਹਮੇਸ਼ਾ ਗੋਡਿਆਂ ਪਰ ਹੋ ਕੇ ਨਿਸ਼ਾਨਾ ਬੰਨੇਗਾ। ਤੋਪਚੀ ਲੋਕ ਦੁਸ਼ਮਣ ਦੀਆਂ ਫੌਜਾਂ ਉੱਤੇ, ਜਿਹੜੇ ਦੂਸਰੇ ਦੇਸ਼ਾਂ ਦੀਆਂ ਫੌਜਾਂ ਨੂੰ ਆਪਣੇ ਦੁਸ਼ਮਣ ਮੰਨਦੇ ਨੇ, ਉਹ ਹਮੇਸ਼ਾ ਝੁੱਕ ਕੇ ਨਿਸ਼ਾਨਾ ਸਿਸਤ ਬੰਨਣਗੇ। ਕੀ ਉਹ ਝੁੱਕਦੇ ਨਹੀਂ? ਨਹੀਂ, ਐਸਾ ਝੁੱਕਣ ਦਾ ਕੋਈ ਫਾਇਦਾ ਨਹੀਂ। ਝੁੱਕਣਾ ਹੈ ਅਤੇ ਅੰਤਰ ਆਤਮਾ ਦੀ ਝੁੱਕ ਆਪਣੀ ਮਤ ਨੂੰ ਝੁਕਾ ਦੇ, ਗੁਰੂ ਦੇ ਚਰਨਾਂ ਉੱਤੇ ਰੱਖਦੇ ਜਾ ਕੇ ਮਤ, ਅਤੇ ਅਰਦਾਸ ਕਰ ਦੋਵੇਂ ਹੱਥ ਜੋੜ ਕੇ, ਇਹ ਦੀਨ ਦਿਆਲ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ, ਮੇਰੀ ਮਤ ਬਹੁਤ ਘੱਟ ਹੈ, ਤੂੰ ਸਮਰੱਥ ਹੈ, ਕਿਰਪਾ ਕਰ ਮੇਰੇ ਪਾਰ ਬ੍ਰਹਮ ਪਰਮੇਸ਼ਰ, ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼, ਸਿੱਖਾਂ ਸਦਾ ਇਹ ਕਿਹਾ ਕਰ, ਤੂੰ ਕਰਤਾ ਕਰਨਾਮੈ ਨਾਹੀ, ਜਾਂ ਹਉ ਕਰੀ ਨਾ ਹੋਈ, ਜੇ ਮੇਰੇ ਪਾਤਸ਼ਾਹ ਮੈਂ ਕਰਦਾ ਤਾਂ ਫਿਰ ਕੁਝ ਵੀ ਨਹੀਂ ਹੁੰਦਾ, ਹੁੰਦਾ ਉਹ ਆ ਜੋ ਤੈਨੂੰ ਪਾਉਂਦਾ। ਸਾਹਿਬ ਨੇ ਅੱਗੋਂ ਅੰਮ੍ਰਿਤਮਈ ਬੋਲ ਸਾਂਝੇ ਕੀਤੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਬਲਿਹਾਰੀ ਕੁਦਰਤ, ਇੱਥੇ ਕੁਦਰਤ ਸ਼ਬਦ ਨੂੰ ਤੱਤੇ ਨੂੰ ਸਿਹਾਰੀ ਮੈਂ ਸਦਕੇ ਜਾਵਾਂ, ਤੂੰ ਸਾਰੀ ਕੁਦਰਤ ਦੇ ਅੰਦਰ ਵਸਿਆ ਪਿਆ ਹੈ, ਤੇਰਾ ਕੋਈ ਅੰਤ ਨਹੀਂ ਜਾਣ ਸਕਦਾ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜਿਹੜੇ ਪਾਸੇ ਝਾਤੀ ਮਾਰਦਾ ਮੈਨੂੰ ਤੇਰੀ ਕੁਦਰਤ ਹੀ ਨਜ਼ਰ ਆਉਂਦੀ। ਜਿਹੜੇ ਪਾਸੇ ਮੈਂ ਕਿਹੜੇ ਪਾਸੇ ਦੀ ਗੱਲ ਕਰਾਂ, ਸਤਿਗੁਰੂ ਜਿੱਧਰ ਮੈਂ ਵੇਖਾਂ, ਜੇ ਮੈਂ ਸੁਣਦਾ ਤਾਂ ਕੁਦਰਤ, ਵੇਖਦਾ ਤਾਂ ਕੁਦਰਤ, ਜੇ ਮੈਂ ਪਤਾਲ ਵੱਲ ਝਾਤੀ ਮਾਰਾਂ ਤਾਂ ਵੀ ਤੇਰੀ ਹੀ ਸਤਿਗੁਰੂ ਜੀ ਮਹਿਮਾ ਹੋ ਰਹੀ ਹੈ, ਪਤਾਲ ਵੀ ਤੇਰੀ ਕਿਰਪਾ ਸਦਕਾ ਵੱਸ ਰਿਹਾ, ਆਕਾਸ਼ ਦੇ ਵਿੱਚ ਵੀ ਝਾਤੀ ਮਾਰਾਂ ਤਾਂ ਤੇਰੀ ਕਿਰਪਾ, ਹਰ ਪ੍ਰਕਾਰ ਨਾਲ ਜਿੰਨੇ ਵੀ ਆਕਾਰ ਬਣੇ ਨੇ ਇੱਥੋਂ ਤੱਕ ਕਿ ਵੇਦਾਂ ਸ਼ਸਤਰਾਂ ਦੀ ਬਾਣੀ ਆਦਿ, ਖਾਣਾ ਪੀਣਾ ਪਹਿਨਣ ਆਦਿ, ਜਿਹਦੇ ਵਿੱਚ ਮੈਂ ਝਾਤੀ ਮਾਰਾਂ, ਮੈਨੂੰ ਜਤੀਆਂ ਸਤੀਆਂ ਦੇ ਅੰਦਰ ਤੇਰੀ ਕੁਦਰਤ ਹੀ ਨਜ਼ਰ ਆਉਂਦੀ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਸੰਸਾਰ ਦੇ ਉੱਤੇ ਹੋਰ ਕੁਝ ਹੈ ਹੀ ਨਹੀਂ, ਤੂੰ ਸਭਨਾਂ ਦੇ ਅੰਦਰ ਵਰਤਦਾ ਹੈ। ਜਿਵੇਂ ਆਪ ਜੀ ਦਾ ਅੰਮ੍ਰਿਤਮਈ ਬੋਲ, ਆਸਾਂ ਦੀ ਵਾਰ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਅਭਿਮਾਨ, ਸਭ ਕੁਝ ਕੁਦਰਤੀ ਹੈ। ਮਾਣ ਦੇ ਵਿੱਚ ਵੀ ਕੁਦਰਤ, ਅਭਿਮਾਨ ਦੇ ਅੰਦਰ ਵੀ ਕੁਦਰਤ, ਨੇਕੀਆਂ ਵਿੱਚ ਵੀ ਕੁਦਰਤ, ਬਦੀਆਂ ਦੇ ਵਿੱਚ ਵੀ ਕੁਦਰਤ, ਇੱਥੋਂ ਤੱਕ ਕਿ ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵਰਤੈ ਵੇਖੈ, ਇਹ ਮੇਰੇ ਆਕਾਰ ਪੁਰਖ ਵਾਹਿਗੁਰੂ ਜੀ, ਨਾਨਕ ਹੁਕਮੇ ਅੰਦਰ ਵਰਤੈ, ਇਹ ਮੇਰੇ ਪਾਰ ਬ੍ਰਹਮ ਪਰਮੇਸ਼ਰ ਮੈਂ ਕੀ ਵੇਖਣਾ, ਜਦੋਂ ਤੇਰੇ ਹੁਕਮ ਵਾਲੇ ਪਾਸੇ ਝਾਤੀ ਮਾਰਦਾ ਮੈਨੂੰ ਹਰ ਪਾਸੇ ਤੂੰ ਹੀ ਤੂੰ ਵਰਤਦਾ ਨਜ਼ਰ ਆ ਰਿਹਾ, ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ, ਜੋ ਕੁਝ ਵੀ ਮੈਂ ਸੰਸਾਰ ਉੱਤੇ ਵੇਖ ਰਿਹਾ ਤੇਰਾ ਹੁਕਮ ਵੇਖ ਰਿਹਾ ਕਿ ਤੇਰੇ ਹੁਕਮ ਤੋਂ ਬਿਨਾਂ ਕੋਈ ਨਹੀਂ ਕੁਝ ਹੋ ਰਿਹਾ,
ਜੋ ਕੁਝ ਵੀ ਹੋ ਰਿਹਾ ਤੇਰੇ ਭਾਣੇ ਅੰਦਰ ਤੇ ਤੇਰੇ ਹੁਕਮ ਅੰਦਰ ਹੋ ਰਿਹਾ, ਸਭ ਕੁਝ ਤੇਰੀ ਕੁਦਰਤ ਦੇ ਅੰਦਰ ਹੋ ਰਿਹਾ। ਸਾਹਿਬ ਕਹਿੰਦੇ ਮੈਂ ਐਸੇ ਕੁਦਰਤ ਦੇ ਮਾਲਕ ਤੋਂ ਸਦਕੇ ਜਾਵਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹ ਮੇਰੇ ਮਾਲਕ ਤੇਰਾ ਅੰਤ ਕੋਈ ਦੁਨੀਆਂ ਦੀ ਤਾਕਤ ਅੱਜ ਤੱਕ ਪਛਾਣ ਹੀ ਨਹੀਂ ਸਕੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਹਨਾਂ ਅੰਮ੍ਰਿਤਮਈ ਬੋਲਾਂ ਨੂੰ ਜਪਜੀ ਸਾਹਿਬ ਦੇ ਅੰਦਰ ਵੀ ਆਪ ਜੀ ਨੇ ਅੰਕਿਤ ਕੀਤਾ ਕਿ ਹੇ ਪਾਰਬ੍ਰਹਮ ਪਰਮੇਸ਼ਰ ਤੇਰਾ ਕੋਈ ਅੰਤ ਜਾਣ ਸਕੇ। ਸਾਹਿਬ ਕਹਿੰਦੇ ਲੋਕਾਂ ਨੇ ਸਿਫਤਾਂ ਦੇ ਨਾਲ ਅੰਤ ਜਾਣਨਾ ਚਾਹਿਆ, ਨਾ ਉਹ ਸਿਫਤਾਂ ਵਿੱਚ ਕੋਈ ਅੰਤ ਪਾ ਸਕਿਆ, ਨਾ ਕਰਨੀ ਕਮਾਈ ਕਰਕੇ ਕਰ ਸਕਿਆ, ਨਾ ਉਸ ਪਾਰਬ੍ਰਹਮ ਪਰਮੇਸ਼ਰ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਅੰਤ ਤੱਕ ਪਹੁੰਚ ਸਕੇ, ਕਿਉਂਕਿ ਮੇਰਾ ਪਾਰਬ੍ਰਹਮ ਪਰਮੇਸ਼ਰ ਅੰਤ ਨਹੀਂ, ਉਹ ਬੇਅੰਤ ਹੈ, ਉਹ ਬੇਅੰਤ ਹੈ। ਤਾਂ ਤੇ ਜਿਨ੍ਹਾਂ ਨੇ ਵੀ ਕਿਤੇ ਉਹਦੇ ਅੰਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਸੱਚ ਹੈ ਕਿ ਉਹ ਆਪਣਾ ਆਪ ਦੇ ਗਵਾ ਕੇ ਆ ਗਏ, ਪਰ ਉਹ ਬੇਅੰਤ ਅਕਾਲ ਪੁਰਖ ਵਾਹਿਗੁਰੂ ਤੱਕ ਕਦੀ ਵੀ ਨਾ ਪਹੁੰਚ ਸਕੇ। ਅੰਮ੍ਰਿਤਮਈ ਬੋਲ ਆਪ ਜੀ ਨੇ ਸਾਂਝਾ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ। ਕਹਿੰਦੇ ਗੁਰਮੁਖ ਪਿਆਰਿਓ, ਅਨੰਤਾ ਤਨ ਧਰਨੀ ਧਰੇ, ਅੰਤ ਨਾ ਚਾਹਿਆ ਜਾਏ, ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਜਿਹੜੇ ਉਸ ਅਨੰਤ ਅਨੰਤ ਪ੍ਰਭੂ ਪਰਮਾਤਮਾ ਨੂੰ ਜਿਹਦਾ ਕੋਈ ਅੰਤ ਨਹੀਂ, ਜਿਹੜੇ ਉਹਨੂੰ ਚਾਹੁਣ ਗਏ, ਉਹਨੂੰ ਲੱਭਣ ਗਏ, ਉਹ ਆਪਣਾ ਆਪ 'ਤੇ ਖਤਮ ਕਰਕੇ ਆ ਕੇ, ਪਰ ਉਹ ਬੇਅੰਤ ਅਕਾਲ ਪੁਰਖ ਵਾਹਿਗੁਰੂ ਨਾ ਮਿਲ ਸਕਿਆ। ਕਿਉਂ? ਕਿਉਂਕਿ ਉਹਦਾ ਕੋਈ ਅੰਤ ਹੀ ਨਹੀਂ। ਦੁਨੀਆਂ ਦੇ ਲੋਕਾਂ ਨੇ ਭਾਵੇਂ ਅਨੇਕਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਵੇਂ ਆਪ ਜੀ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਸੁਣਨ ਇੱਥੇ ਸੱਸੇ ਨੂੰ ਔਂਕੜ, ਨਾਣਾ ਨਾਣੀ ਨੂੰ ਸਿਹਾਰੀ, ਸੁਣਨ। ਕਈ ਵਾਰੀ ਆਪਾਂ ਇੱਥੇ ਸੁਣ ਸ਼ਬਦ ਹੀ ਵਰਤ ਦਿੰਦੇ ਹਾਂ, ਸਭ ਕਹਿੰਦੇ ਨਹੀਂ ਸੁਣਨ, ਸੁਣਨ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ। ਹੇ ਮੇਰੇ ਪਾਰਬ੍ਰਹਮ ਪਰਮੇਸ਼ਰ, ਤੇਰਾ ਕੋਈ ਦੁਨੀਆਂ ਦੀ ਤਾਕਤ ਅੰਤ ਨਹੀਂ ਪਾ ਸਕੀ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ, ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਇਸ ਅੰਤ ਨੂੰ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਜਿੰਨਾ ਵੀ ਕਿਸੇ ਨੇ ਉਹਦੇ ਅੰਤ ਨੂੰ ਕਹਿਣ ਦੀ ਕੋਸ਼ਿਸ਼ ਕੀਤੀ, ਸਾਹਿਬ ਕਹਿੰਦੇ ਜਿਉਂ ਜਿਉਂ ਅੰਤ ਦੀ ਗੱਲ ਕਰਦਾ ਬਹੁਤਾ ਕਹੀਏ ਬਹੁਤਾ ਹੋਏ, ਉਹ ਵਧੀ ਜਾਂਦਾ। ਚੱਲ ਤੂੰ ਲੱਭ ਕੇ ਵੇਖ ਉਹਦਾ ਅੰਤ ਹੈ ਕਿੱਥੋਂ ਤੱਕ। ਉਸ ਅੰਤ ਦਾ ਕੋਈ ਅੰਤ ਨਾ ਜਾਣ ਸਕਿਆ। ਆਖਰ ਰੱਬ ਦੇ ਪਿਆਰ ਵਾਲਿਆਂ ਨੇ ਹੱਥ ਜੋੜ ਕੇ ਕਹਿ ਦਿੱਤਾ, ਹੇ ਪਾਰਬ੍ਰਹਮ ਪਰਮੇਸ਼ਰ ਤੂੰ ਬੇਅੰਤ ਹੈ। ਔਰ ਇਹ ਬੇਅੰਤ ਬੇਅੰਤ ਕਿਆ ਕਿੰਨੇ? ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇਤ ਨੇਤ ਬਨ ਤਿਰਨ ਕਹਿਤ। ਨੇਤ ਦਾ ਅਰਥ ਵੀ ਬੇਅੰਤ ਹੁੰਦਾ ਹੈ। ਬੇਅੰਤ ਬੇਅੰਤ ਕਹਿ ਕੇ ਇੱਥੋਂ ਤੱਕ ਇੱਕ ਇੱਕ ਤਿਰਨ ਨੇ, ਵਣ ਨੇ, ਇੱਕ ਇੱਕ ਤੀਲੇ ਨੇ ਵੀ ਕਹਿ ਦਿੱਤਾ ਕਿ ਮੇਰਾ ਮਾਲਕ ਬੇਅੰਤ ਹੈ, ਕੋਈ ਉਹਦਾ ਅੰਤ ਨਹੀਂ ਜਾਣ ਸਕਦਾ। ਨੇਤ ਨੇਤ ਬਨ ਤਿਰਨ ਕਹਿਤ, ਵਣ ਵੀ ਕਹਿੰਦੇ ਨੇ, ਤਿਰਨ ਵੀ ਕਹਿੰਦੇ ਨੇ। ਤਾਂ ਹੀ ਤਾਂ ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਕੁਝ ਨਾਵਾਂ ਦੀ ਗਿਣਤੀ ਕਰਨੀ ਚਾਹੁੰਦਾ, ਜੇ ਤੂੰ ਕਿਰਪਾ ਕਰਕੇ ਮੈਨੂੰ ਸਮਤ ਦੀ ਦਾਤ ਬਖਸ਼ੀ। ਵੇਖੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਪਾਰਬ੍ਰਹਮ ਪਰਮੇਸ਼ਰ ਦੀ ਅੰਮ੍ਰਿਤਮਈ ਜੋਤ, ਉਸ ਨਿਰੰਕਾਰ ਦੀ ਸਿਫਤ ਸਲਾਹ ਕਰਨ ਲੱਗੇ, ਹੱਥ ਜੋੜ ਕੇ ਕਹਿੰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਜੇ ਤੁਸੀਂ ਕਿਰਪਾ ਕਰਕੇ ਮੈਨੂੰ ਕੁਝ ਕੁ ਆਪਣੀ ਰਹਿਮਤ ਦਿਓ, ਰਹਿਮਤ ਭਰਿਆ ਹੱਥ ਮੇਰੇ ਸਿਰ ਉੱਤੇ ਰੱਖੋ, ਮੈਂ ਕੁਝ ਕੁ ਆਪ ਜੀ ਦੇ ਕਿਰਤਮ ਨਾਮ ਕਹਿਣ ਲੱਗਾ। ਮੈਂ ਤੇਰੇ ਸਾਰੇ ਨਾਂ ਨਹੀਂ ਕਹਿ ਸਕਦਾ। ਤਬ ਸਰਬ ਨਾਮ ਕਥੇ ਕਮਣ, ਕਰਮ ਨਾਮ ਵਰਣਤ ਸਮਤ। ਤੇਰੇ ਸਾਰੇ ਨਾਵਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਇੱਥੇ ਦੇ ਸਤਿਗੁਰੂ ਸ਼ੇਖ ਨਾਗ ਵਰਗੇ ਵੀ ਜਿਹੜੇ, ਉਹ ਵੀ ਤੇਰਾ ਅੰਤ ਨਹੀਂ ਪਾ ਸਕੇ। ਸਨਕ ਸਨੰਦ ਮਹੇਸ਼ ਸਮਾਣਾ, ਸ਼ੇਖ ਨਾਗ ਤੇਰੋ ਅੰਤ ਨਾ ਜਾਣਾ। ਸਨਕ ਤੇ ਸਨੰਦ ਜਿਹੜੇ ਹਰ ਵਕਤ ਤੇਰੇ ਦਰਬਾਰ ਦੇ ਅੰਦਰ ਜਿਹਨਾਂ ਨੂੰ ਆਉਣ ਦੀ ਖੋਲਿਆ, ਉਹ ਵੀ ਨਹੀਂ ਜਾਣ ਸਕੇ। ਸ਼ੇਖ ਨਾਗ ਵਰਗੇ ਵੀ ਤੇਰੇ ਨਾਮ ਨਹੀਂ ਲੈ ਸਕੇ। ਮੈਂ ਕੌਣ ਹੁਣਾ ਨਾਮ ਲੈਣ ਵਾਲਾ? ਵੇਖੋ ਸਰਗੁਣ ਦੇ ਵਿੱਚ ਆ ਕੇ ਆਪ ਦਤਾਰ ਨੇ ਕਿੰਨੀ ਨਿਮਰਤਾ ਸੰਸਾਰ ਦੇ ਅੰਦਰ ਪ੍ਰਗਟ ਕੀਤੀ, ਅਤੇ ਆਪਣੇ ਨਿਰਗੁਣ ਸਰੂਪ ਨੂੰ ਆਪ ਜੀ ਨੇ ਹਰ ਵਕਤ ਤਰਜੀਹ ਦਿੱਤੀ ਕਿ ਨਿਰਗੁਣ ਹੀ ਸਭ ਕੁਝ ਹੈ, ਉਹੀ ਕਰਤਾਰ ਹੈ, ਉਹੀ ਖੁਦਾ, ਉਹੀ ਪਾਰਬ੍ਰਹਮ ਪਰਮੇਸ਼ਰ ਹੈ। ਅਸੀਂ ਤਾਂ ਕੇਵਲ ਉਸ ਮਾਲਕ ਦੇ ਦਾਸ ਹਾਂ। ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਦਾਸ ਆਖਿਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਦਾਸ ਹੀ ਕਿਹਾ। ਦੁਨੀਆਂ ਦੇ ਲੋਕਾਂ ਨੂੰ ਮਨੇ ਕਰ ਦਿੱਤਾ, ਨਹੀਂ ਗੁਰਮੁਖ ਪਿਆਰਿਓ, ਮੈਂ ਤੇ ਕੇਵਲ ਨਿਰੰਕਾਰ ਦੇ ਘਰ ਦਾ ਦਾਸ ਹਾਂ।
ਕੇਵਲ ਦਾਸ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਵਾਸਤੇ ਆਏ ਹਾਂ, ਮੈਂ ਉਹਦਾ ਦਾਸ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਅਨੇਕਾਂ ਥਾਵਾਂ 'ਤੇ ਨਿਮਰਤਾ ਦੀਆਂ ਹੱਦਾਂ ਤੋੜ ਦਿੱਤੀਆਂ, ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੂਕਰ ਦਾਸ ਨੀਵਾਂ ਨਮਾਣਾ ਨਤਾਣਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਉਹਨਾਂ ਨੇ ਅਤ ਨਿਮਰਤਾ ਭਰੇ ਸ਼ਬਦਾਂ ਦੇ ਨਾਲ ਵੀ ਸੰਸਾਰ ਉੱਤੇ ਪ੍ਰਗਟ ਕੀਤਾ। ਸੰਸਾਰ ਦੇ ਉੱਤੇ ਇਹ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਦਰ ਦਾ ਕੂਕਰ ਹਾਂ। ਸਗ ਨਾਨਕ ਮਸਤਾਨਾ ਨਿਤ ਦੇਵੇ ਚੜ੍ਹੇ ਸਵਾਇਆ, ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਸਗ। ਸਗ ਦਾ ਅਰਥ ਹੁੰਦਾ ਕੁੱਤਾ। ਇੰਨੀ ਨਿਮਰਤਾ ਇਹ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਜੀ, ਜਿਵੇਂ ਆਪ ਜੀ ਹੋਰ ਵੀ ਸੌਖੇ ਸ਼ਬਦਾਂ 'ਚ ਕਿਰਪਾ ਕਰਦੇ ਨੇ, ਇੱਥੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਂ ਹੀ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ। ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੇ ਨਾਨਕ ਭਗਤੀ ਤੋਂ ਕਿਤੇ ਹੀਣਾ ਹੋ ਗਿਆ, ਤੇਰੇ ਨਾਮ ਨੂੰ ਕਿਤੇ ਵੱਟਾ ਨਹੀਂ ਲੱਗ ਚੱਲਿਆ ਕਿ ਦੁਨੀਆਂ ਦੇ ਲੋਕ ਕਹਿਣਗੇ ਨਾਨਕ ਨੇ ਨਾਮ ਜਪਣਾ ਬੰਦ ਕਰ ਦਿੱਤਾ ਤੇ ਨਾਮ ਘੱਟ ਗਿਆ? ਨਹੀਂ, ਸਤਿਗੁਰੂ ਤੇਰਾ ਨਾਮ ਨਹੀਂ ਘੱਟ ਸਕਦਾ। ਹਾਂ, ਮੈਂ ਭਗਤੀ ਤੋਂ ਹੀਣਾ ਜ਼ਰੂਰ ਇੱਕ ਦਿਨ ਹੋ ਜਾਵਾਂਗਾ, ਪਰ ਮੇਰੇ ਭਗਤੀ ਤੋਂ ਹੀਣੇ ਹੋਣ ਦੇ ਨਾਲ ਤੈਨੂੰ ਕੋਈ ਫਰਕ ਨਹੀਂ ਪਿਆ। ਕਹਿੰਦੇ ਕਿਉਂ? ਕਹਿੰਦੇ ਇਸ ਕਰਕੇ ਕਿ ਮੈਂ ਤੂੰ ਹਰੇਕ ਦੇ ਅੰਦਰ ਵਿਆਪਕ ਹੈ, ਤੂੰ ਜਰੇ ਜਰੇ ਦੇ ਅੰਦਰ ਸਮਾਇਆ ਹੋਇਆ, ਔਰ ਇਸ ਭੇਦ ਨੂੰ ਕੋਈ ਦੁਨੀਆਂ ਦੀ ਤਾਕਤ ਜਾਣ ਨਹੀਂ ਸਕੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਇਹ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਮੈਂ ਸਦਕੇ ਜਾਵਾਂ, ਤੂੰ ਆਪਣੀ ਕੁਦਰਤ ਦੇ ਅੰਦਰ ਵਸਿਆ ਹੋਇਆ, ਹਰੇਕ ਥਾਂ ਦੇ ਉੱਤੇ ਕੁਦਰਤ ਕਰਕੇ ਵਸਿਆ, ਮੈਂ ਤੇਰੇ ਅੰਤ ਨੂੰ ਜਾਣ ਨਹੀਂ ਸਕਦਾ। ਮੇਰੇ ਪਾਰ ਬ੍ਰਹਮ ਪਰਮੇਸ਼ਰ ਮੈਂ ਕੀ ਕੁਝ ਵੇਖਿਆ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਾ ਭਰਪੂਰ ਰਿਹਾ। ਪਿੱਛੇ ਆਪ ਜੀ ਨੇ ਸ਼ਬਦ ਵਰਤੇ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਇੱਥੇ ਆਪ ਜੀ ਨੇ ਵਿਸਰਾਮ ਦਿੱਤਾ, ਰਹਾਓ। ਰਹਾਓ ਦਾ ਅਰਥ ਹੁੰਦਾ ਠਹਿਰਾਓ, ਰੁਕਣਾ। ਕਿ ਅਕਸਰ ਪੰਕਤੀਆਂ ਦੇ ਅੱਗੇ ਆਪ ਜੀ ਨੇ ਦੋ ਦੋ ਡੰਡੀਆਂ ਲਾਈਆਂ, ਇਹਨਾਂ ਡੰਡੀਆਂ ਦਾ ਵੀ ਕੋਈ ਅਰਥ ਹੈ? ਡੰਡੀ ਇੱਕ ਵੀ ਲੱਗ ਸਕਦੀ ਸੀ, ਪਰ ਸਤਿਗੁਰਾਂ ਨੇ ਦੋ ਦੋ ਡੰਡੀਆਂ ਕਿਉਂ ਲਾਈਆਂ? ਇੱਥੇ ਜਦੋਂ ਵਿਚਾਰਵਾਨ ਪੁਰਖਾਂ ਦੇ ਨਾਲ ਆਪਾਂ ਵਿਚਾਰ ਕਰਦੇ ਹਾਂ, ਤੇ ਅਸਲ ਵਿੱਚ ਇਹ ਵਿਚਾਰਾਂ ਅਧਿਆਤਮਕ ਅਵਸਥਾ ਦੇ ਪਾਂਧੀਆਂ ਦੀਆਂ ਹਨ। ਉਹ ਕਹਿੰਦੇ ਮੇਰੇ ਮਾਲਕ ਨੇ ਦੋ ਡੰਡੀਆਂ ਇਸ ਕਰਕੇ ਲਾਈਆਂ, ਸਿੱਖਾਂ ਇੱਕ ਡੰਡੀ ਤੇ ਹਰ ਭਾਸ਼ਾ ਵਿੱਚ ਲੱਗਦੀ ਹੈ, ਹਿੰਦੀ ਵਿੱਚ ਵੀ, ਪੰਜਾਬੀ ਵਿੱਚ ਵੀ, ਹੋਰਨਾਂ ਭਾਸ਼ਾਵਾਂ ਦੇ ਅੰਦਰ ਕਿਤੇ ਫੁੱਲ ਸਟਾਪ ਵਗੈਰਾ ਆਦਿ ਲੱਗਦੇ ਨੇ, ਪਰ ਸੱਚ ਹੈ ਇਹ ਗੁਰਮੁਖੀ ਭਾਸ਼ਾ ਹੀ, ਇਹ ਤੇਰੇ ਗੁਰੂ ਦੀ ਰਸਨਾ ਤੋਂ ਆਏ ਹੋਏ ਅੰਮ੍ਰਿਤਮਈ ਬੋਲ ਹਨ। ਇਹ ਧੁਰਕੀ ਬਾਣੀ ਹੈ, ਨਿਰੰਕਾਰੀ ਬਾਣੀ, ਨਿਰੰਜਨੀ ਬਾਣੀ ਹੂੰ। ਇਹਦੇ ਇੱਕ ਇੱਕ ਅੱਖਰ ਨੂੰ ਵਿਚਾਰ ਕੇ ਪੜ੍ਹੀਏ, ਮਾਲਕ ਨੇ ਦੋ ਦੋ ਡੰਡੀਆਂ ਲਾਈਆਂ, ਸਿੱਖਾਂ ਮੈਂ ਤੈਨੂੰ ਦੋ ਦੋ ਵਾਰੀ ਕਹਿੰਦਾ ਰੁਕ ਜਾ, ਵਿਚਾਰ ਕੇ ਪੜ੍ਹ ਇਹ ਬਾਣੀ, ਤੈਨੂੰ ਕਹਿ ਕੀ ਰਹੀ ਹੈ, ਇਹਨੂੰ ਵਿਚਾਰ। ਅਤੇ ਫਿਰ ਉਸ ਤੋਂ ਬਾਅਦ ਆਪ ਜੀ ਨੇ ਰਹਾਓ ਸ਼ਬਦ ਲਿਖਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ, ਅਤੇ ਅੱਗੇ ਕਹਿ ਦਿੱਤਾ ਰਹਾਓ ਪਰ ਹੋਰ ਸਿੱਖੋ, ਰੁਕ ਜਾਓ, ਆਰਾਮ ਨਾਲ ਵਿਚਾਰ ਲਓ ਉੱਪਰਲੀਆਂ ਪੰਕਤੀਆਂ ਨੂੰ ਕਿ ਤੁਹਾਡੇ ਸਤਿਗੁਰ ਤੁਹਾਨੂੰ ਕੀ ਕਹਿ ਰਹੇ ਨੇ, ਫਿਰ ਉਸ ਤੋਂ ਬਾਅਦ ਅੱਗੇ ਸ਼ਬਦ ਦੀ ਵਿਚਾਰ ਆਰੰਭ ਕਰਿਓ। ਅਤੇ ਆਪ ਜੀ ਨੇ ਰਹਾਓ ਦਾ ਭਾਵ ਦਾ ਅੱਖਰੀ ਠਹਿਰਾਓ ਇੱਥੇ ਵਿਸਰਾਮ ਦਿੱਤਾ। ਕਈਆਂ ਸ਼ਬਦਾਂ ਦੇ ਅੰਦਰ ਰਹਾਓ ਇੱਕ ਵਾਰੀਆਂ, ਕਈਆਂ ਵਿੱਚ ਦੋ ਵਾਰੀ, ਕਈਆਂ ਵਿੱਚ ਤਿੰਨ ਚਾਰ, ਹੋਰ ਗਿਣਤੀ ਵਿੱਚ ਜ਼ਿਆਦਾ ਵੀ ਹੈ, ਔਰ ਕਈਆਂ ਥਾਵਾਂ 'ਤੇ ਆਪਣੀ ਮੌਜ 'ਚ ਆਪ ਜੀ ਨੇ ਕਿਤੇ ਵੀ ਰਹਾਓ ਸ਼ਬਦ ਹੀ ਨਹੀਂ ਵਰਤਿਆ ਕਈਆਂ ਸ਼ਬਦਾਂ ਦੇ ਅੰਦਰ। ਕਈ ਗੁਰਮੁਖ ਪਿਆਰੇ ਇਸ ਰਹਾਓ ਨੂੰ ਕੀ ਕਹਿਣਗੇ ਕਿ ਇਹ ਸ਼ਬਦ ਦਾ ਅੰਤਰੀਵ ਭਾਵ ਹੈ, ਅੰਤਰੀਵ ਭਾਵ। ਪਰ ਸੱਚ ਇਹ ਕਿ ਮੈਂ ਇਸ ਵਿਚਾਰ ਦੇ ਨਾਲ ਵੀ ਬਿਲਕੁਲ ਸਹਿਮਤ ਨਹੀਂ, ਕਿਉਂਕਿ ਜੇਕਰ ਇਹੀ ਅੰਤਰੀਵ ਭਾਵ ਹੈ ਸ਼ਬਦ ਦਾ, ਕਹਿਣਗੇ ਰਹਾਓ ਵਾਲੀ ਪੰਕਤੀ ਦੇ ਦੁਆਰਾ ਦੇ ਉੱਪਰ ਹੀ ਸਾਰੀ ਵਿਚਾਰ ਢੁੱਕਦੀ ਹੈ, ਅਤੇ ਜਿਨ੍ਹਾਂ ਸ਼ਬਦਾਂ ਦੇ ਅੰਦਰ ਰਹਾਓ ਹੈ ਹੀ ਨਹੀਂ, ਫਿਰ ਇਹਦਾ ਮਤਲਬ ਕਿ ਉਹਦਾ ਕੋਈ ਅੰਤਰੀਵ ਭਾਵ ਹੀ ਨਾ ਹੋਇਆ। ਇਹਦਾ ਮਤਲਬ ਇਹ ਨਿਕਲੇਗਾ ਕਿ ਜਿਨ੍ਹਾਂ ਸ਼ਬਦਾਂ ਦੇ ਅੰਦਰ ਰਹਾਓ ਹੈ ਹੀ ਨਹੀਂ, ਉਦਾਹਰਣ ਦੇ ਤੌਰ 'ਤੇ ਜਪਜੀ ਸਾਹਿਬ ਦੇ ਅੰਦਰ ਰਹਾਓ ਸ਼ਬਦ ਹੀ ਨਹੀਂ ਹੈਗਾ, ਸੁਖਮਣੀ ਸਾਹਿਬ ਦੇ ਅੰਦਰ ਕੇਵਲ ਪਹਿਲੀ ਅਸ਼ਟਪਦੀ ਤੋਂ ਬਾਅਦ ਆਪ ਜੀ ਨੇ ਰਹਾਓ ਸ਼ਬਦ ਵਰਤਿਆ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ, ਫਿਰ ਆਪ ਜੀ ਨੇ ਰਹਾਓ ਸ਼ਬਦ ਵਰਤਿਆ। ਬਾਕੀ ਜਿੰਨੇ ਵੀ ਪਦੇ ਹਨ, 24 ਅਸ਼ਟਪਦੀਆਂ ਦੇ ਅੰਦਰ 8 8 ਪਦੇ, 23 ਪੂਰੀਆਂ ਅਸ਼ਟਪਦੀਆਂ, 7 ਪਦੇ ਪਹਿਲੀ ਦੇ, ਕਿਸੇ ਅੰਦਰ ਰਹਾਓ ਸ਼ਬਦ ਹੀ ਨਹੀਂ ਹੈਗਾ। ਐਸੇ ਹੋਰ ਬੇਅੰਤ ਸ਼ਬਦ, ਬੇਅੰਤ ਬਾਣੀ ਆਪ ਜੀ ਦੀ ਜਿਹੜੀ ਰਹਾਓ ਤੋਂ ਬਿਨਾਂ ਹੀ ਹੈ, ਅਤੇ ਕਈਆਂ ਥਾਵਾਂ 'ਤੇ ਆਪ ਜੀ ਨੇ ਤਿੰਨ ਤਿੰਨ ਚਾਰ ਚਾਰ ਰਹਾਓ ਵੀ ਆਪ ਜੀ ਨੇ ਬਖਸ਼ਿਸ਼ ਕੀਤੇ।
ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪਕਾਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ। ਇਹ ਸ਼ਬਦ ਪੜ੍ਹੀਏ ਚਾਰ ਰਹਾਉ ਆਪ ਜੀ ਨੇ ਲਿਖੇ, ਇਹਦਾ ਮਤਲਬ ਕਿ ਚਾਰ ਕੇਂਦਰੀ ਭਾਵ ਨਿਕਲਣਗੇ। ਨਹੀਂ ਸੱਚ ਹੈ ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਹਨਾਂ ਅੰਮ੍ਰਿਤਮਈ ਚੋਜਾਂ ਤੋਂ ਅੱਜ ਤੱਕ ਕੋਈ ਨਹੀਂ ਜਾਣੂ ਹੋ ਸਕਿਆ, ਕਿਉਂਕਿ ਸ਼ਬਦ ਆਪਾਂ ਪਿੱਛੇ ਪੜ੍ਹ ਆਏ ਹਾਂ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜੇਕਰ ਇਹਨਾਂ ਸ਼ਬਦਾਂ ਦੀ ਵਿਚਾਰ ਕਰ ਲਈਏ, ਤੇਰਾ ਅੰਤ ਨਾ ਜਾਈ ਲਖਿਆ, ਕੌਣ ਜਾਣ ਸਕਦਾ ਸਤਿਗੁਰਾਂ ਨੇ ਇੱਥੇ ਰਹਾਉ ਕਿਉਂ ਲਿਖਿਆ, ਕਿਤੇ ਇੱਕ ਵਾਰੀ ਲਿਖਿਆ, ਕਿਤੇ ਦੋ ਵਾਰੀ ਲਿਖਿਆ, ਕਿਤੇ ਚਾਰ ਵਾਰੀ ਕਿਹਾ, ਔਰ ਕਿਤੇ ਆਪ ਜੀ ਨੇ ਰਹਾਉ ਦੇ ਸ਼ਬਦ ਦੀ ਵਰਤੋਂ ਹੀ ਨਹੀਂ ਕੀਤੀ, ਕੌਣ ਜਾਣ ਸਕਦਾ। ਬਸ ਉਸ ਪਾਰ ਬ੍ਰਹਮ ਪਰਮੇਸ਼ਰ ਅੱਗੇ ਸਿਰ ਝੁਕਾਉਣਾ ਬਣਦਾ ਹੈ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਿਸ ਠਾਕਰ ਸਿਓ ਨਾ ਹੀ ਚਾਰਾ ਤਾਕੂ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ, ਉਹਦੇ ਅੱਗੇ ਤਾਂ ਕੇਵਲ ਝੁਕਣਾ ਹੀ ਬਣਦਾ। ਜਿਹੜੇ ਝੁਕ ਗਏ ਫਿਰ ਉਹਨਾਂ ਨੇ ਕੀ ਵੇਖਿਆ, ਨਿਰੰਕਾਰ ਨੇ ਕਿਰਪਾ ਕੀਤੀ, ਆਪਣਾ ਰਹਿਮਤ ਭਰਿਆ ਹੱਥ ਉਸ ਸਿਰ ਉੱਤੇ ਰੱਖਿਆ। ਜਦੋਂ ਰਹਿਮਤ ਭਰਿਆ ਹੱਥ ਸਿਰ ਉੱਤੇ ਰੱਖਿਆ ਤੇ ਫਿਰ ਉਸ ਰਹਿਮਤਾਂ ਦੇ ਖਜ਼ਾਨੇ ਦੇ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਉਸ ਸਰੀਰ ਦੇ ਉੱਤੇ ਪਈਆਂ, ਉਹਨਾਂ ਅੰਤਸ਼ਕਰਨ ਨੂੰ ਜਾ ਕੇ ਸ਼ੁੱਧ ਕੀਤਾ ਤੇ ਸ਼ੁੱਧ ਅੰਤਸ਼ਕਰਨ ਦੇ ਵਿੱਚੋਂ ਫਿਰ ਕੀ ਕੁਝ ਨਜ਼ਰ ਆਇਆ ਉਹ ਸਾਹਿਬ ਨੇ ਇੱਥੇ ਬਿਆਨ ਕੀਤਾ। ਕਹਿੰਦੇ ਜਾਤਮ ਹੈ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇਹ ਮੇਰੇ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ, ਮੈਂ ਤੈਨੂੰ ਜਾਤ ਮਹਿ ਜੋਤ, ਇੱਥੇ ਜੋਤ ਸ਼ਬਦ ਨੂੰ ਤੱਤੇ ਨੂੰ ਸਿਹਾਰੀ ਭਾਵ ਜੋਤੀ, ਮੈਂ ਜਾਤ ਦੇ ਅੰਦਰ ਤੇਰੀ ਇਸ ਕਾਇਨਾਤ ਦੇ ਅੰਦਰ ਤੇਰੀ ਜੋਤੀ ਨੂੰ ਵੇਖਿਆ ਤੇ ਜੋਤੀ ਵਿੱਚ ਕੀ ਵੇਖਿਆ, ਕਾਇਨਾਤ ਜੋਤ ਮਹਿ ਜਾਤਾ। ਪਹਿਲਾਂ ਰੁਕਾਂਗੇ ਜਾਤ ਮਹਿ ਜੋਤ, ਜੋਤ ਮੈਂ ਜਾਤਾ, ਮੈਂ ਜਾਤ ਦੇ ਅੰਦਰ ਤੇਰੀ ਜੋਤ ਵੇਖੀ ਤੇ ਤੇਰੀ ਜੋਤ ਵਿੱਚ ਮੈਂ ਤੈਨੂੰ ਵੇਖਿਆ, ਭਾਵ ਤੂੰ ਹੀ ਨਿਰੰਕਾਰ ਹੈ, ਤੂੰ ਹੀ ਸੰਸਾਰ ਹੈ, ਤੇਰੇ ਵਿੱਚ ਤੇ ਸੰਸਾਰ ਦੇ ਵਿੱਚ ਕੋਈ ਭਿੰਨ ਭੇਦ ਨਹੀਂ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਇਹਨਾਂ ਨੇਤਰਾਂ ਨੂੰ ਸਤਿਗੁਰੂ ਸਿੱਖਿਆ ਦਿੰਦੇ ਹੋਏ ਇਹ ਗੱਲ ਕਹਿੰਦੇ ਨੇ, ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ, ਇਹੋ ਵਿਸ, ਵਿਸ ਦੇ ਦੋ ਅਰਥ ਨੇ, ਇੱਕ ਤੇ ਯੈਰ, ਇੱਕ ਇਹ ਸਾਰਾ, ਇਹ ਸਾਰਾ ਸੰਸਾਰ ਜਿਹੜਾ ਤੁਸੀਂ ਵੇਖਦੇ ਹੋ ਨਾ ਇਹ ਹਰ ਕਾ ਰੂਪ ਹੈ। ਇਸ ਸੰਸਾਰ ਨੂੰ ਮਨਾ ਤੂੰ ਯੈਰ ਰੂਪ ਵੇਨ, ਈਰਖਾ ਦਵੈਤ ਨਾਲ ਭਰਿਆ ਹੋਇਆ ਤੇਰਾ ਮਨ। ਕਹਿੰਦਾ ਨਹੀਂ, ਇਹ ਸੰਸਾਰ ਦੇ ਉੱਤੇ ਲੋਕ ਮੇਰੇ ਆਪਣੇ ਨਹੀਂ, ਇਹ ਪਰਾਏ ਨੇ, ਮੇਰੇ ਆਪਣੇ ਕੇਵਲ ਆਪਣੇ ਨੇ, ਰਿਸ਼ਤੇਦਾਰ ਭੈਣ ਭਰਾ ਆਪਣੇ ਨੇ, ਇਹ ਬਗਾਨੇ ਲੋਕ ਨੇ। ਸਤਿਗੁਰੂ ਕਹਿੰਦੇ ਨਹੀਂ, ਇਹ ਤੇਰੇ ਮਨ ਦਾ ਇੱਕ ਕੋਰਾ ਭੁਲੇਖਾ ਹੈ, ਕੋਰਾ ਭੁਲੇਖਾ। ਇਹ ਵਿਸ ਸੰਸਾਰ ਤੁਮ ਦੇਖਦੇ, ਆ ਜਿਹੜਾ ਸੰਸਾਰ ਨੂੰ ਤੂੰ ਯਰ ਰੂਪ ਵੇਖ ਰਿਹਾ ਨਾ, ਜਾਂ ਸਾਰਾ ਸੰਸਾਰ ਤੱਕ ਰਿਹਾ, ਸੱਚ ਹੈ ਕਿ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਉਹਦੀ ਕਿਰਪਾ ਦਾ ਸਦਕਾ ਫਿਰ ਇਹਦਾ ਰੂਪ ਨਜ਼ਰ ਆਉਂਦਾ ਹੈ। ਤੇ ਜਿਹਨਾਂ ਨੂੰ ਉਹਦਾ ਰੂਪ ਨਜ਼ਰ ਆਇਆ, ਬਾਬਾ ਫਰੀਦ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਗੱਜ ਗੜਾ ਕੇ ਗੱਲ ਕਹੀ, ਹੇ ਅਕਾਲ ਪੁਰਖ ਵਾਹਿਗੁਰੂ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਕਹਿੰਦੇ ਮੈਂ ਵੇਖਿਆ ਦੁਨੀਆਂ ਦੇ ਅੰਦਰ ਮੇਰਾ ਮਾਲਕ ਜਿਹੜਾ ਖਾਲਕ ਹੈ ਖਲਕਤ ਦੇ ਵਿੱਚ ਹੈ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਮੈਂ ਕਿਹਨੂੰ ਮਾੜਾ ਆਖਾਂ ਕਿ ਜੇ ਉਸ ਪਾਰ ਬ੍ਰਹਮ ਪਰਮੇਸ਼ਰ ਤੋਂ ਇਲਾਵਾ ਕੋਈ ਹੈ ਹੀ ਨਹੀਂ, ਮੈਂ ਕਿਹਨੂੰ ਮਾੜਾ ਆਖਾਂ, ਮੈਂ ਜਿਹੜੇ ਪਾਸੇ ਝਾਤੀ ਮਾਰਦਾ ਮੈਨੂੰ ਕੇਵਲ ਤਾਂ ਕੇਵਲ ਇੱਕ ਨੂਰ ਨਜ਼ਰ ਆਉਂਦਾ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਮੈਂ ਜਦੋਂ ਗਊ ਨਾਲ ਤੱਕਿਆ ਤਾਂ ਗੱਲ ਸਮਝ 'ਚ ਪੈ ਗਈ ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਵਿੱਤਰ ਰੂਪ ਪ੍ਰਗਟ ਹੋਇਆ, ਫਿਰ ਉਸ ਪਵਿੱਤਰ ਰੂਪ ਤੋਂ ਉਹਨੇ ਇੱਕ ਫੁਰਨੇ ਦੇ ਨਾਲ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ, ਅਤੇ ਉਸ ਰਚਨਾ ਦੇ ਵਿੱਚ ਜਦੋਂ ਉਹਨੇ ਆਪਣੇ ਆਪ ਤੋਂ ਕੀਤੀ ਤਾਂ ਮੈਂ ਕਿਹਨੂੰ ਸੰਸਾਰ ਉੱਤੇ ਮਾੜਾ ਅਤੇ ਕਿਹਨੂੰ ਸੰਸਾਰ ਉੱਤੇ ਚੰਗਾ ਆਖਾਂ। ਅਤੇ ਬੋਲ ਆਪ ਜੀ ਨੇ ਸਾਂਝੇ ਕੀਤੇ, ਸਾਹਿਬ ਬਖਸ਼ਿਸ਼ ਕਰਦੇ ਨੇ। ਬਾਬਾ ਕਬੀਰ ਜੀ ਮਹਾਰਾਜ ਕਹਿੰਦੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ, ਖਾਲਕ ਪੂਰ ਰਹੋ ਸਰਬ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਘੁਮਾਰੇ, ਸਭ ਮੈਂ ਸੱਚਾ ਇੱਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਮੈਂ ਜਿਹੜੇ ਪਾਸੇ ਵੇਖਣਾ ਮੈਨੂੰ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆ ਰਿਹਾ, ਤੇ ਜੇ ਮੈਂ ਉਹਦੀ ਕੀਤੇ ਨੂੰ ਵੇਖਾਂ
ਅਤੇ ਮੈਨੂੰ ਸਭਨਾ ਦੇ ਵਿੱਚੋਂ ਕੇਵਲ ਇੱਕ ਨਿਰੰਕਾਰ ਹੀ ਨਜ਼ਰ ਆਉਂਦਾ, ਤਿਸਕਾ ਕੀਆ ਸਭ ਕੁਛ ਹੋਈ। ਹੁਣ ਇਹ ਗੱਲ ਸਮਝ 'ਚ ਕਿਵੇਂ ਪਵੇ? ਅੱਗੇ ਆਪ ਜੀ ਕਿਰਪਾ ਕਰਦੇ ਕਹਿੰਦੇ ਭਲੇ ਉਹ ਸੱਚ ਹੈ ਕਿ ਜਿੰਨਾ ਚਿਰ ਉਹਦੇ ਹੁਕਮ ਨੂੰ ਨਹੀਂ ਪਛਾਣਦੇ ਉਹਨਾਂ ਚਿਰ ਗੱਲ ਸਮਝ 'ਚ ਨਹੀਂ ਪਵੇਗੀ। ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ। ਬੰਦਾ ਕੌਣ ਹੈ? ਜਿਹਨੇ ਹੁਕਮ ਨੂੰ ਪਛਾਣਿਆ ਅਤੇ ਜਿਹਨੇ ਹੁਕਮ ਨੂੰ ਪਛਾਣ ਕੇ ਕਹਿ ਦਿੱਤਾ ਕੇਵਲ ਇੱਕ ਵੱਸਦਾ ਹੈ, ਇੱਕ ਕੋਈ ਦੂਸਰਾ ਨਹੀਂ। ਆਲੋ ਅਲਖ ਨਾ ਜਾਈ ਲਖਿਆ ਗੁਰਗੁੜ ਦੀਨਾ ਮਿੱਠ ਮਿੱਠਾ ਕਹੇ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡਿੱਠਾ। ਜਦੋਂ ਮੇਰੇ ਮਾਲਕ ਨੇ ਕਿਰਪਾ ਕਰਕੇ ਮੈਨੂੰ ਅੰਮ੍ਰਿਤਮਈ ਉਪਦੇਸ਼ ਮੇਰੀ ਝੋਲੀ ਵਿੱਚ ਪਾ ਦਿੱਤਾ ਫਿਰ ਅੰਦਰੋਂ ਸੰਸੇ ਨਿਕਲ ਗਏ। ਮੈਂ ਹਰ ਪਾਸੇ ਸਰਬ ਨਿਰੰਜਨ ਡਿੱਠਾ, ਮੈਂ ਹਰ ਥਾਂ ਦੇ ਉੱਤੇ ਉਹਦੀ ਜੋਤ ਨੂੰ ਤੱਕਿਆ। ਕੀ ਵੇਖਿਆ? ਜਾਤ ਮੈਂ ਜੋਤ, ਜੋਤ ਮੈਂ ਜਾਤਾ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਕ ਜੋਤ ਨੂੰ ਸਾਰੇ ਸੰਸਾਰ ਦੇ ਅੰਦਰ ਤੱਕਿਆ। ਮੈਨੂੰ ਕੇਵਲ ਤਾਂ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੀ ਨਜ਼ਰੀ ਪਿਆ, ਮੈਨੂੰ ਦੂਸਰਾ ਕੋਈ ਨਜ਼ਰੀ ਨਹੀਂ ਆਇਆ। ਅਤੇ ਕੀ ਵੇਖਿਆ? ਅਕਲ ਕਲਾ ਭਰਪੂਰ ਰਿਹਾ। ਅਕਲ ਕਹਿੰਦੇ ਹਨ ਉਹ ਮਤ, ਜਿਹੜੀ ਅਕਲ ਦਾ ਵੈਸੇ ਅਖਰੀ ਅਰਥ ਵਿਦਵਾਨਾਂ ਕੀਤਾ ਕਿ ਜਿਹੜਾ ਜਿਵੇਂ ਕੋਈ ਨਿਓਲਾ ਸਿੱਧਾ ਹੋ ਜਾਂਦਾ ਨਾ, ਬਿਲਕੁਲ ਐਨ ਸਿੱਧਾ ਐਨ ਸਟੇਟਸ ਜਿਹਨੂੰ ਆਪਾਂ ਬੋਲਦੇ ਹਾਂ, ਭਾਵ ਉਹ ਮਤ ਉਹ ਕਲਾ ਜਿਹੜੀ ਬਿਲਕੁਲ ਸਿੱਧੀ ਹੋਵੇ, ਬਿਲਕੁਲ ਸਿੱਧੀ ਹੋਵੇ। ਅਕਲ ਕਲਾ ਭਾਵ ਉਹਦੀਆਂ ਕਲਾਵਾਂ ਦੇ ਅੰਦਰ ਕਿਸੇ ਵੀ ਕਿਸਮ ਕਰਕੇ ਕੋਈ ਵਿੰਗ ਨਹੀਂ ਪੈਂਦਾ, ਕੋਈ ਟੇਢ ਨਹੀਂ ਪੈਂਦਾ, ਉਹ ਅਕਲ ਕਲਾ ਹੈ ਅਤੇ ਭਰਪੂਰ ਹੈ। ਹਰ ਥਾਂ ਦੇ ਉੱਤੇ ਉਹ ਵਸਿਆ ਹੋਇਆ, ਭਰਪੂਰ ਸਭਣੀ ਥਾਈਂ, ਜਿੱਥੇ ਹੋ ਜਾਈਂ ਤੂੰ ਸਭਣੀ ਥਾਈਂ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਮੈਂ ਜਿਹੜੇ ਪਾਸੇ ਜਾਵਾਂ ਮੈਨੂੰ ਕੇਵਲ ਤਾਂ ਕੇਵਲ ਤੇਰਾ ਹੀ ਰੂਪ ਨਜ਼ਰੀ ਪੈਂਦਾ, ਮੈਨੂੰ ਤੇਰੇ ਤੋਂ ਇਲਾਵਾ ਕੋਈ ਦੂਸਰਾ ਨਜ਼ਰੀ ਨਹੀਂ ਆਉਂਦਾ। ਜਿਨ੍ਹਾਂ ਨੂੰ ਨਜ਼ਰ ਆਇਆ ਇਹ ਉਹਨਾਂ ਨੇ ਬਚਨ ਸਾਂਝੇ ਕੀਤੇ ਕਿ ਸਭੇ ਕੱਟ ਰਾਮ ਬੋਲੇ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਸਭੇ ਕੱਟ ਰਾਮ ਬੋਲੇ ਭਗਤ ਨਾਮਦੇਵ ਜੀ ਮਹਾਰਾਜ। ਕਹਿੰਦੇ ਕੇਵਲ ਮੈਂ ਰਾਮ ਵੇਖ ਰਿਹਾ, ਮੈਨੂੰ ਰਾਮ ਤੋਂ ਇਲਾਵਾ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਸਭੇ ਕੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਕਹਿੰਦੇ ਕੋਈ ਰਾਮ ਤੋਂ ਬਿਨਾਂ ਕੋ ਹੈਗਾ? ਆਪਣੇ ਆਪ ਨੂੰ ਮੁਖਾਤਬ ਕਹਿੰਦੇ ਰਾਮ ਬਿਨਾਂ ਕੋ ਬੋਲੇ ਰੇ। ਉਹ ਮਨਾ ਇਸ ਰਾਮ ਤੋਂ ਇਲਾਵਾ ਕੋਈ ਦੁਨੀਆ ਉੱਤੇ ਹੋਰ ਵੱਸਦਾ ਹੈ? ਅਤੇ ਮਨ ਚੁੱਪ ਹੋ ਗਿਆ। ਅਤੇ ਫਿਰ ਅੱਗੋਂ ਸਮਝਾਉਂਦੇ ਨਹੀਂ ਭੋਲਿਆ ਮਨਾ, ਉਸ ਨਿਰੰਕਾਰ ਤੋਂ ਕੋਈ ਇਲਾਵਾ ਕੋਈ ਦੂਸਰਾ ਹੈ ਨਹੀਂ। ਰਾਮ ਬਿਨਾਂ ਕੋ ਬੋਲੇ ਰੇ, ਕੋਈ ਦੂਸਰਾ ਨਹੀਂ। ਇਕਲ ਮਾਟੀ ਕੁੰਚਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਇਕਲ ਮਾਟੀ ਕੁੰਚਰ ਚੀਟੀ, ਹਾਥੀ ਤੋਂ ਲੈ ਕੇ ਕੀੜੀ ਤੱਕ ਇੱਕ ਮਿੱਟੀ ਪਾਰ ਬ੍ਰਹਮ ਪਰਮੇਸ਼ਰ ਨੇ ਲਾਈ, ਪੰਜ ਤੱਤਾਂ ਨੂੰ ਇਕੱਠਿਆਂ ਕਰਕੇ ਇੱਕ ਮਿੱਟੀ ਬਣਾਈ। ਪੰਜ ਤੱਤ ਇਕੱਠੇ ਕੀਤੇ, ਇੱਕ ਮਿੱਟੀ ਦਾ ਪੇੜਾ ਬਣਿਆ। ਇਕਲ ਮਾਟੀ ਕੁੰਚਰ ਚੀਟੀ, ਹਾਥੀ ਤੋਂ ਲੈ ਕੇ ਕੀੜੀ ਤੱਕ ਸਾਰੇ ਪੰਜ ਤੱਤਾਂ ਨਾਲ ਬਣੇ ਹੋਏ ਹਨ। ਭਾਜਨ ਹੈ ਬਹੁ ਨਾਨਾ ਰੇ। ਭਾਜਨ ਕਹਿੰਦੇ ਬਰਤਨਾਂ ਨੂੰ, ਭਾਵੇਂ ਬਰਤਨ ਅਨੇਕਾਂ ਪ੍ਰਕਾਰ ਦੇ ਨੇ ਪਰ ਸੱਚ ਧਾਤ ਮਿੱਟੀ ਇੱਕ ਹੀ ਲੱਗੀ ਹੋਈ ਹੈ। ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਅਸਥਾਵਰ, ਅਸਥਾਵਰ ਕਹਿੰਦੇ ਨੇ ਅਸਥਿਰ ਚੀਜ਼ਾਂ, ਜਿਵੇਂ ਦਰਖਤ ਇੱਕ ਥਾਂ ਦੇ ਉੱਤੇ ਹੀ ਟਿਕਿਆ ਰਹਿੰਦਾ ਹੈ, ਜਿੱਥੇ ਪੈਦਾ ਹੋ ਜਾਵੇ ਭਾਵੇਂ ਕਿੰਨੀ ਲੰਮੀ ਆਰਬਲਾ ਕਿਉਂ ਨਾ ਹੋਵੇ, ਕਈਆਂ ਦਰਖਤਾਂ ਦੀ ਹਜ਼ਾਰਾਂ ਸਾਲਾਂ ਤੱਕ ਉਮਰ ਹੁੰਦੀ ਹੈ, ਉਸੇ ਥਾਂ ਦੇ ਉੱਤੇ ਟਿੱਕੇ ਰਹਿੰਦੇ ਨੇ। ਪਰਬਤਾਂ ਦੀ ਹਜ਼ਾਰਾਂ ਵਰ੍ਹਿਆਂ ਤੱਕ ਉਮਰ ਹੁੰਦੀ ਹੈ, ਉੱਥੇ ਟਿੱਕੇ ਹੋਏ ਹਨ ਉਸ ਥਾਂ ਦੇ ਉੱਤੇ ਹੀ। ਅਸਥਾਵਰ ਟਿੱਕੇ ਹੋਏ, ਜੰਗਮ ਅੱਗੇ ਪਿੱਛੇ ਹੋਣ ਵਾਲੇ, ਅਸਥਾਵਰ ਜੰਗਮ ਕੀਟ ਪਤੰਗਮ, ਕੀੜੇ ਮਕੌੜੇ ਪਤੰਗੇ ਆਦਿ ਪਾਵ ਹਨ ਹਰੇਕ ਜੀਵ ਦੇ ਅੰਦਰ। ਘੱਟ ਘੱਟ ਰਾਮ ਸਮਾਨਾ ਰੇ, ਸਭਨਾਂ ਦੇ ਅੰਦਰ ਕੇਵਲ ਮੇਰਾ ਰਾਮ ਸਮਾਇਆ ਹੋਇਆ, ਉਸ ਰਾਮ ਤੋਂ ਇਲਾਵਾ ਕੋਈ ਦੂਸਰਾ ਹੈ ਹੀ ਨਹੀਂ। ਜੇਕਰ ਦੂਸਰਾ ਨਜ਼ਰ ਆਉਂਦਾ ਤਾਂ ਉਹ ਤੇਰੀ ਦਵੈਤ ਭਾਵਨਾ ਕਰਕੇ ਨਜ਼ਰ ਆਉਂਦਾ। ਮਾਲਕ ਦੋ ਨਹੀਂ, ਇੱਕ ਹੈ, ਔਰ ਉਸ ਪਾਰ ਬ੍ਰਹਮ ਪਰਮੇਸ਼ਰ ਨੇ ਉਸ ਏਕੇ ਤੋਂ ਹੀ ਸਾਰੀ ਕਾਇਨਾਤ ਨੂੰ ਬਣਾਉਣਾ ਕੀਤਾ। ਅਤੇ ਬਣੀ ਵੀ ਕਿਵੇਂ? ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ।